ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦੀ ਵੀਡੀਓ ਦਾ ਜਿਹੜਾ ਵਰਕ ਵਾ ਆਪਣਾ ਜੀ, ਉਹ ਨਿਊ ਆਰਚ ਡਿਜ਼ਾਇਨ ਦਾ ਵਾ। ਕਿਵੇਂ ਇੱਕ ਆਰਚ ਡਿਜ਼ਾਇਨ ਜਿਹੜਾ ਉਹ ਆਰਚ ਤਿਆਰ ਕੀਤੀ ਜਾਂਦੀ ਆ, ਬਣਾਈ ਜਾਂਦੀ ਆ। ਸੋ ਇਸ ਵੀਡੀਓ ਦੇ ਵਿੱਚ ਵਰਕ ਸਾਰਾ ਲੈ ਕੇ ਆਏ ਹਾਂ, ਆਓ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਪ੍ਰੋਸੈਸ ਦਿਖਾ ਦਿੰਦੇ ਹਾਂ ਜੀ, ਕਿਵੇਂ ਜਿਹੜੀ ਇੱਕ ਆਰਚ ਆ ਕੋਰਨਰ ਦੇ ਉੱਪਰ ਤਿਆਰ ਕੀਤੀ ਜਾਂਦੀ ਆ। ਠੀਕ ਆ ਜੀ, ਸੋ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਡਰਿਲ ਦੇ ਨਾਲ ਜਿਹੜੇ ਉਹ ਸ਼ੇਕ ਜਿਹੜੇ ਉਹ ਮਾਰੇ ਜਾ ਰਹੇ ਨੇ। ਠੀਕ ਆ ਜੀ, ਇਸ ਤਰ੍ਹਾਂ ਤਰੀਕੇ ਦੇ ਨਾਲ ਸੁਰਾਗ ਜਿਹੜੇ ਉਹ ਮਾਰ ਲੈਣੇ ਆ, ਜਿੰਨੀ ਕੁ ਕੋਰਨਰ ਦੇ ਵਿੱਚ ਆਰਚ ਬਣਾਉਣੀ ਆ ਉਸ ਹਿਸਾਬ ਦੇ ਨਾਲ ਨਿਸ਼ਾਨ ਲਗਾ ਲੈਣੇ, ਅਤੇ ਬਾਅਦ ਦੇ ਵਿੱਚ ਸੁਰਾਗ ਜਿਹੜੇ ਆ ਉਹ ਮਾਰ ਲੈਣੇ ਆ। ਸੋ ਸੁਰਾਗ ਮਾਰਨ ਤੋਂ ਬਾਅਦ ਜਿਹੜਾ ਸਟੀਲ ਆ ਜੀ, ਚਾਰ ਸੂਤਰ ਦਾ ਸਰੀਆ ਹੁੰਦਾ, ਉਹਨੂੰ ਕਟਿੰਗ ਕਰ ਲੈਣਾ ਟੇਪਰ। ਠੀਕ ਹੈ ਜੀ, ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇਸ ਦੀ ਕਟਿੰਗ ਜਿਹੜੀ ਉਹ ਟੇਪਰ ਕਰ ਰਿਹਾ ਵਰਕਰ। ਸੋ ਟੇਪਰ ਇਸ ਨੂੰ ਕੱਟ ਲੈਣਾ ਵਾ, ਤਿੱਖਾ ਜਾ ਕੇ ਉਹ ਜਿਹੜਾ ਹੋ ਜਾਵੇ, ਅਤੇ ਸੁਰਾਗ ਦੇ ਅੰਦਰ ਜਿਹੜਾ ਸੇਕ ਦੇ ਅੰਦਰ ਹਥੌੜੀ ਦੇ ਨਾਲ ਇਸਨੂੰ ਮਤਲਬ ਠੋਕ ਦੇਣਾ ਵਾ, ਜੁਆਇੰਟ ਕਰ ਦੇਣਾ। ਠੀਕ ਹੈ ਜੀ, ਇਸ ਪ੍ਰਕਾਰ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਸੋ ਇਹ ਦੇਖਦੇ ਹੋ ਜੀ ਵੀਡੀਓ ਦੇ ਵਿੱਚ ਕਿਵੇਂ ਜਿਹੜੀ ਇੱਕ ਆਰਚ ਜਿਹੜੀ ਕੋਰਨਰ ਦੇ ਉੱਪਰ ਆਰਚ ਬਣਦੀ ਆ, ਕਿਵੇਂ ਤਿਆਰ ਹੁੰਦੀ ਆ, ਬਹੁਤ ਹੀ ਵਧੀਆ ਪ੍ਰੋਸੈਸ ਵਾ। ਸੋ ਦੇਖਦੇ ਰਹੋ ਵੀਡੀਓ ਨੂੰ ਲਾਸਟ ਤੱਕ, ਚੈਨਲ ਆਪਣਾ ਸਬਸਕ੍ਰਾਈਬ ਕਰਿਓ, ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀ ਵੀਡੀਓ। ਠੀਕ ਆ ਜੀ, ਸੋ ਇਸ ਤਰ੍ਹਾਂ ਇਹ ਦੂਸਰੇ ਕੋਰਨਰ ਦੇ ਵਿੱਚ ਵੀ ਬਿਲਕੁਲ ਇਸੇ ਪ੍ਰਕਾਰ ਹੀ ਸੇਕ ਮਾਰਨੇ ਆ ਜੀ। ਠੀਕ ਆ ਜੀ, ਹਾਂ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਉੱਪਰ ਵੀ ਸ਼ੇਕ ਅਤੇ ਸਾਈਡ ਦੇ ਉੱਪਰ ਕੋਲਮ ਦੇ ਵੀ ਸੇਕ ਮਾਰਨੇ ਆ, ਅਤੇ ਇਸ ਪ੍ਰਕਾਰ ਦੀ ਨਿਸ਼ਾਨੀ ਵਰਕਰ ਨੇ ਲਗਾਈ ਹੋਈ ਆ। ਸੋ ਸੇਕ ਉੱਪਰ ਨੂੰ ਮਾਰਦੇ ਹੋਏ, ਠੀਕ ਹੈ ਜੀ, ਸੋ ਇਸੇ ਤਰ੍ਹਾਂ ਹੀ ਜਿਹੜਾ ਸਰੀਆ ਜਿਹੜਾ ਵਾ ਉਹ ਮੁੜ ਕੇ ਬਾਅਦ ਦੇ ਵਿੱਚ ਹਥੌੜੀ ਦੇ ਨਾਲ ਠੋਕ ਦੇਣਾ ਇਸਦੇ ਅੰਦਰ। ਬਹੁਤ ਹੀ ਵਧੀਆ ਵੀਡੀਓ ਆ, ਸੋ ਸਾਰਾ ਪ੍ਰੋਸੈਸ ਦੇਖਿਓ, ਬਣੇ ਰਹੋ ਵੀਡੀਓ ਦੇ ਲਾਸਟ ਤੱਕ। ਲਓ ਜੀ, ਸਰੀਏ ਇਸ ਪ੍ਰਕਾਰ ਠੋਕ ਲਏ ਨੇ, ਇਹ ਮਿਣਤੀ ਕਰਕੇ ਹੁਣ ਸਰੀਆਂ ਦੀ ਜਿੰਨੇ ਕੁ ਸਰੀਏ ਮਤਲਬ ਜਿਹੜੇ ਚਾਹੀਦੇ ਆ ਉਹ ਆਰਚ ਕੋਰਨਰ ਦੀ ਆਰਚ ਦੇ ਵਿੱਚ ਉਹ ਸਰੀਏ ਦੀ ਕਟਿੰਗ। ਹਾਂਜੀ, ਲਓ ਜੀ, ਇਸ ਪ੍ਰਕਾਰ ਇਹਨੂੰ ਜਿਹੜਾ ਵਾ ਉਹ ਜਿਹੜੀ ਇੱਕ ਐੱਸ ਟਾਈਪ, ਜਿਸ ਤਰ੍ਹਾਂ ਐੱਸ ਦੀ ਸ਼ੇਪ ਹੁੰਦੀ ਹੈ ਨਾ, ਐੱਸ ਸ਼ੇਪ ਦੇ ਵਿੱਚ ਜਿਹੜੀ ਆਰਚ ਇਹ ਬਣਾ ਕੇ ਦੱਸੇਗਾ ਵਰਕਰ। ਸੋ ਇਸ ਪ੍ਰਕਾਰ ਇਸ ਨੂੰ ਦੇਖੋ, ਸਰੀਆਂ ਨੂੰ ਬੈਂਡ ਕਰ ਰਿਹਾ। ਸੋ ਬੈਂਡ ਕਰਨ ਤੋਂ ਬਾਅਦ ਉਹਨਾਂ ਦੇ ਨਾਲ ਜਿਹੜਾ ਜੁਆਇੰਟ ਕੀਤਾ ਜਾਏਗਾ। ਸੋ ਇਸ ਪ੍ਰਕਾਰ ਡਰਿਲ ਦੇ ਨਾਲ ਥੋੜ੍ਹਾ ਜਿਹਾ ਉੱਪਰੋਂ ਟੱਕ ਦੇ ਲੈਣੇ ਆ, ਠੀਕ ਆ ਜੀ, ਬੀਮ ਨੂੰ। ਹਾਂਜੀ, ਬਹੁਤ ਹੀ ਵਧੀਆ ਵਰਕ ਦੇਖ ਰਹੇ ਹੋ। ਲਓ ਜੀ, ਇਹ ਛੋਟੇ ਛੋਟੇ ਟੱਕ ਜਿਹੜੇ ਆ ਦੇ ਲਏ ਇਹਨੇ। ਸੋ ਟੱਕ ਦੇਣ ਤੋਂ ਬਾਅਦ ਡਾਈ ਦੇ ਨਾਲ ਜਿਹੜੇ ਸਰੀਏ ਉੱਪਰ ਠੋਕੇ ਹੋਏ ਸੀ ਉਹਨਾਂ ਨੂੰ ਬੈਂਡ ਕਰਤਾ ਅੰਦਰ ਨੂੰ। ਸੋ ਇਸ ਤਰ੍ਹਾਂ ਬਿਲਕੁਲ ਤੁਸੀਂ ਦੇ ਸਕਦੇ ਹੋ, ਅਤੇ ਵਾਇਰ ਦੇ ਨਾਲ ਜਿਹੜੇ ਆ ਜੁਆਇੰਟ ਕਰ ਦੇਣੇ ਆ। ਠੀਕ ਆ ਜੀ, ਵਾਇਰ ਦੇ ਨਾਲ ਜੁਆਇੰਟ ਕਰ ਦੇਣੇ ਸਰੀਏ। ਤੁਸੀਂ ਵਾਇਰ ਨਾਲ ਵੀ ਕਰ ਸਕਦੇ ਹੋ, ਅਗਰ ਜੇ ਬਿਲਡਿੰਗ ਮਾਰਨਾ ਹੋਵੇ ਤਾਂ ਉਹਦੇ ਨਾਲ ਹੀ ਜੁਆਇੰਟ ਹੋ ਜਾਂਦੇ ਨੇ। ਸੋ ਬਿਲਡਿੰਗ ਵਾਲਾ ਜਿਹੜਾ ਕੰਮ ਉਹ ਤਾਂ ਕਾਫੀ ਮਜ਼ਬੂਤ ਆ ਨਾ, ਕਿਉਂਕਿ ਬਿਲਡਿੰਗ ਕੀਤੇ ਤਾਂ ਫਿਰ ਉਹ ਸਰੀਏ ਕਿਸੇ ਪਾਸੇ ਜਾਣਗੇ ਨਹੀਂ, ਨਾ ਹੀ ਕੋਈ ਆਰਚ ਦੇ ਵਿੱਚ ਦਰੇੜ ਆਏਗੀ। ਸੋ ਇਹ ਜਿਹੜੇ ਪ੍ਰੋਸੈਸ ਹੈ ਸਿਰਫ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਵੀ ਇਹ ਤਾਰ ਦੇ ਨਾਲ ਜੁਆਇੰਟ ਕਰ ਰਿਹਾ ਵਾ ਵਾਇਰ ਦੇ ਨਾਲ। ਸੋ ਇਹ ਵੀ ਜਿਹੜਾ ਉਹ ਪ੍ਰੋਸੈਸ ਲਾਈਫ ਟਾਈਮ ਲਈ ਬਣਿਆ ਰਹੇਗਾ, ਬਣੇ ਰਹੀਗੀ ਆਰਚ, ਕੋਈ ਤਰੇੜ ਜਾਂ ਕੋਈ ਦਰਾਰ ਨਹੀਂ ਆਏਗੀ ਇਸ ਦੇ ਵਿੱਚ ਵੀ। ਹਾਂਜੀ, ਤੁਸੀਂ ਦੇਖ ਸਕਦੇ ਹੋ ਜੀ। ਸੋ ਇਸੇ ਪ੍ਰਕਾਰ ਦੂਸਰਾ ਸਟੀਲ ਵੀ ਜਿਹੜਾ ਇਸ ਦੇ ਨਾਲ ਜੁਆਇੰਟ ਕਰਤਾ, ਦੋਨਾਂ ਕੋਰਨਰਾਂ ਦੇ ਵਿੱਚ ਇਸ ਤਰ੍ਹਾਂ ਜੁਆਇੰਟ ਕਰ ਲੈਣੇ ਆ। ਫਿਰ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਨਿਰਾ ਸੀਮਟ ਨੇਰੂ ਬਣਾ ਕੇ ਸੀਮਟ ਦਾ, ਸੋ ਇਸ ਪ੍ਰਕਾਰ ਲਗਾਉਣਾ ਵਾ ਜਿੱਥੇ ਜਿੱਥੇ ਟੱਕ ਦਿੱਤੇ ਹੋਏ ਨੇ ਅੰਦਰ ਆਰਚ ਦੇ ਅੰਦਰ ਲਗਾ ਕੇ। ਹਾਂਜੀ, ਸੋ ਇਸ ਤਰ੍ਹਾਂ ਆਰਚ ਦੇ ਅੰਦਰ ਲਗਾ ਕੇ, ਅਤੇ ਜਿਹੜੀ ਟਾਇਲ ਬ੍ਰਿਕਸ ਹੁੰਦੀ ਆ ਉਹ ਉੱਪਰ ਨੂੰ ਲਗਾਉਣੀ ਆ। ਥੋੜ੍ਹੀ ਟਾਇਲ ਬ੍ਰਿਕਸ ਵੀ ਲਗਾ ਸਕਦੇ ਜਾਂ ਦੂਸਰੀ ਬ੍ਰਿਕਸ ਵੀ ਲਗਾ ਸਕਦੇ ਹਾਂ ਆਪਾਂ। ਸੋ ਇਸ ਤਰ੍ਹਾਂ ਲਗਾਉਣੇ ਆ, ਅਤੇ ਇਹ ਜਿਹੜੀ ਆਰਚ ਜਿਹੜੀ ਬਣੇਗੀ, ਆਰਚ ਬਣਨ ਤੋਂ ਬਾਅਦ ਇਸ ਨੂੰ ਬਹੁਤ ਹੀ ਵਧੀਆ ਦੇਖਣ ਦੇ ਵਿੱਚ ਲੱਗੇਗੀ। ਦੇਖਿਓ ਤੁਸੀਂ ਸਾਰਾ ਇਹ ਪ੍ਰੋਸੈਸ। ਲਓ ਜੀ,
ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ, ਇਸਨੇ ਜਿਹੜੀਆਂ ਬ੍ਰਿਕਸ ਲਗਾ ਦਿੱਤੀਆਂ ਨੇ। ਇਸ ਪ੍ਰਕਾਰ ਬ੍ਰਿਕਸ ਲਗਾਉਂਦੇ ਜਾਣਾ ਵਾ, ਆਰਚ ਜਿਹੜੀ ਆ ਉਹ ਬਿਲਕੁਲ ਤਿਆਰ ਹੁੰਦੀ ਜਾਏਗੀ। ਜਿਸ ਤਰ੍ਹਾਂ ਸ਼ੇਪ ਦੇ ਵਿੱਚ ਸਰੀਏ ਆ ਮੋੜੇ ਹੋਏ ਐੱਸ ਸ਼ੇਪ ਦੇ ਵਿੱਚ, ਉਸੇ ਪ੍ਰਕਾਰ ਹੀ ਬ੍ਰਿਕਸ ਜਿਹੜੀਆਂ ਆਟੋਮੈਟਿਕਲੀ ਲੱਗਦੀਆਂ ਜਾਣਗੀਆਂ। ਥੋੜ੍ਹੀ ਬਹੁਤੀ ਕਟਿੰਗ ਕਰਨੀ ਪੈਂਦੀ ਹੁੰਦੀ ਆ, ਉਹ ਕਟਿੰਗ ਕਰਕੇ ਅਤੇ ਫਿਰ ਲਗਾਉਂਦੇ ਜਾਣਾ ਉੱਪਰ ਨੂੰ। ਸੋ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਜੀ, ਚੈਨਲ ਆਪਣਾ ਸਬਸਕ੍ਰਾਈਬ ਕਰਿਓ, ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸੋ ਕਿਵੇਂ ਦੀ ਲੱਗੀ ਵੀਡੀਓ। ਸੋ ਬਹੁਤ ਸਾਰੀਆਂ ਵੀਡੀਓ ਕੰਸਟਰਕਸ਼ਨ ਬੇਸ 'ਤੇ ਹੁੰਦੀਆਂ ਨੇ। ਓਕੇ, ਥੈਂਕ ਯੂ ਸੋ ਮਚ।